ਕੱਲ ਦੀ ਨਾ ਲੱਕ ਚ ਦਰਦ ਜੀ ਹੋ ਰਹੀ ਭਾਜੀ ਬਹੁਤ ਜ਼ਿਆਦਾ। ਰੈਪਰ ਖਾਂਦਾ ਬੁੱਢੀ ਕੋਲੋਂ ਕੀ ਹੋਇਆ ਭਾਜੀ ਮਸਲਾ? ਤੇ ਮਾਲਿਸ਼ ਦੇ ਕਿੰਨੇ ਪੈਸੇ ਲੈਂਦੇ ਹੋ? ਮਾਲਿਸ਼ ਦੇ ਭਾਜੀ ਸਿਰ ਤੇ ਮੋਢਿਆਂ ਤੱਕ 300 ਆ। ਅੱਛਾ, ਤੇ ਬਾਹਾਂ ਸ਼ਾਮਿਲ ਕਰਨੀਆਂ ਤੇ ਫਿਰ 500। ਨਹੀਂ ਤੇ ਮੋਢੇ ਤੇ ਸਿਰ ਦੇ ਕਿੰਨੇ ਦੱਸੇ? 300 ਰੁਪਏ। ਤੇ ਬਾਹਾਂ ਲੈ ਦਾ? ਹਾਂਜੀ ਬਾਹਾਂ ਦਾ ਲੈ ਲਾ। ਬਾਹਾਂ ਮੇਰੀਆਂ ਹੈਗੀਆਂ ਸਾਰਾ, ਮੈਂ ਇਕੱਲੇ ਨੇ ਘਟਾਉਣਾ ਤੂੰ? ਮੈਂ ਸ਼ੋਲੇ ਫਿਲਮ ਦਾ ਠਾਕਰ ਆ ਕਿ ਮੇਰੀਆਂ ਬਾਹਾਂ ਹੈ ਨਹੀਂ ਗੀਆਂ? ਦੇਖ ਸਾਰਾ ਹੀ ਘੁੱਟਣਾ। ਫੁੱਲ ਘਟਾਈ ਦੱਸੋ ਭਾਜੀ ਕਿੰਨੀ? ਫੁੱਲ ਘਟਾਈ ਭਾਜੀ ਅਸੀਂ ਉਹ ਬਹੁਤ ਘੱਟ ਹੀ ਕਰਦੇ ਹਾਂ। ਗਾਹਕ ਨੂੰ ਨਹੀਂ, ਗਾਹਕ ਨੂੰ ਪੁੱਛੀਦਾ ਨਾ। ਅੱਛਾ, ਵੀ ਕੀ ਪੈਕੇਜ ਲੈਣਾ ਉਹਨੇ ਮਾਲਿਸ਼ ਦਾ ਘਟਾਈ ਦਾ। ਜੇ ਤੁਸੀਂ ਨਾਲ ਲੱਕ ਰੀੜ੍ਹ ਦੀ ਹੱਡੀ ਵੀ ਘਟਾਉਣੀ ਆ, ਉਹਦੇ ਲੈ ਦਾ ਫਿਰ ਪੈਸੇ। ਨਹੀਂ ਤਾਂ ਤੇ ਤਾਰੇ ਮੀਰੇ ਦਾ ਕੌਣ ਲਵਾਉਂਦਾ ਯਾਰ? ਉਹ ਫਿਰ ਖਾਰਿਸ਼ ਨਾਲ ਆਰਾਮ ਆ ਜਾਂਦਾ। ਧੁੱਪੇ ਇੱਕ ਵਾਰੀ ਤਾਰੇ ਮੀਰੇ ਦਾ ਤੇਲ ਲਾਇਆ ਹੋਵੇ ਨਾ। ਇਹ ਛੋਟੀ ਸ਼ੀਸ਼ੀ 'ਚ ਭਾਜੀ, ਇਹ ਕੰਨ 'ਚ ਪਾਉਣ ਵਾਲਾ ਤੇਲ? ਨਹੀਂ ਭਾਜੀ, ਇਹ ਵੀ ਤੇਲ ਹੀ ਆ, ਠੰਡਾ ਤੇਲ ਹੁੰਦਾ। ਅੱਛਾ ਅੱਛਾ ਅੱਛਾ, ਗਿਰੀ ਦਾ ਤੇਲ ਆ। ਘਟਾਈ ਸਾਰੀ ਕਰਨੀ ਭਾਜੀ, ਘਰ ਜਾ ਕੇ ਕਰੋਗੇ ਤੁਸੀਂ? ਇੱਥੇ ਤਾਂ ਥੋੜ੍ਹਾ ਜਿਹਾ ਬਾਹਰ ਅੱਛਾ ਨਹੀਂ ਲੱਗਦਾ। ਨਹੀਂ ਭਾਜੀ, ਘਰ ਨਹੀਂ ਜਾਂਦੇ ਅਸੀਂ, ਅੱਡਾ ਨਹੀਂ ਛੱਡਦੇ। ਹੈਂਜੀ, ਅੱਡਾ ਨਹੀਂ, ਇਕੱਲਾ ਛੱਡਦੇ। ਉਹ ਪਿੱਛੋਂ ਬੱਸ ਚੁੱਕੀ ਜਾਂਦੀ ਤੁਹਾਡੀ, ਅੱਡਾ ਨਹੀਂ ਛੱਡਦੇ ਭਾਜੀ? ਉਹ ਮਸਲਾ ਬਣਦਾ ਨਾ, ਅਸੀਂ ਪਿੱਛੇ ਸ਼ਗਿਰਦਾ ਭਾਜੀ, ਉਹ ਗਾਹਕਾਂ ਨੂੰ ਡੀਲ ਨਹੀਂ ਕਰਦਾ, ਇਸ ਕਰਕੇ ਨਾ ਫਿਰ ਅੱਡਾ ਨਹੀਂ ਛੱਡ ਕੇ ਜਾਂਦੇ। ਯਾਰ ਤੇਰਾ ਕੀ ਪੱਪੂ ਜੂਲਰ ਆ ਇੱਥੇ ਜਿਹੜਾ ਤੂੰ ਛੱਡ ਕੇ ਨਹੀਂ ਜਾਂਦਾ? ਵੀ ਆਹ ਤੇਰਾ ਅੱਡਾ ਵਾ ਸਾਰਾ, ਪਰਸੋਂ ਕੁੱਤਾ ਮੂੰਹ 'ਚ ਪਾ ਕੇ ਤੇਰਾ ਅੱਡਾ ਧੂਈ ਫਿਰਦਾ ਸੀ ਉਦੋਂ। ਉਦੋਂ ਤੂੰ ਕਿੱਥੇ ਸੀ? ਤੁਸੀਂ ਪਰਸੋਂ ਵੀ ਆਏ ਇੱਥੇ? ਨਹੀਂ ਮਸਲਾ ਤੂੰ ਅੱਗੇ ਵੀ ਤੁਸੀਂ ਆਏ ਮਾਲਿਸ਼ ਮੁਲਿਸ਼ ਦੇ? ਤੁਸੀਂ ਘਰ ਜਾ ਕੇ ਤੇਰਾ ਘਟਾਈ ਕਰਦੇ ਹੋ? ਨਹੀਂ ਭਾਜੀ, ਘਰ ਨਹੀਂ ਜਾਂਦੇ ਹੈਗੇ ਅਸੀਂ ਨਾ, ਅੱਡਾ ਨਹੀਂ ਛੱਡਣਾ। ਅੱਗੇ ਮੈਂ ਇਹਦੀ ਪਗੜੀ ਦਿੱਤੀ ਆ 50,000 ਰੁਪਇਆ ਅੱਡੇ ਦੀ। ਇਹਦੀ ਪਗੜੀ ਦਿੱਤੀ? ਹਾਂਜੀ। ਇਹ ਸਾਡੇ ਦਾ ਤੇ ਕੋਈ ਸਾਫਾ ਨਹੀਂ ਦਿੰਦਾ, ਤੂੰ ਪਗੜੀ ਦੇ ਦਿੱਤੀ? ਉਹ ਭਾਜੀ ਇਹ ਸਾਡਾ ਨਾ ਰੋਜ਼ੀ ਦਾ ਅੱਡਾ ਵਾ। ਅੱਛਾ, ਇੱਥੇ ਹੋਰ ਵੀ ਲੋਕ ਆਉਂਦੇ ਆ, ਲੇਕਿਨ ਜਿਹੜੇ ਮਾਲਕ ਆ ਨਾ ਜਿਨ੍ਹਾਂ ਦੀ ਇਹ ਜਗ੍ਹਾ ਵਾ, ਉਹ ਬਗੈਰ ਪੈਸੇ ਤੋਂ ਬਹਿਣ ਨਹੀਂ ਦਿੰਦੇ ਇੱਥੇ। ਤੇ ਪਿੱਛੋਂ ਕਿੱਥੋਂ ਦੇ ਹੋ ਭਾਜੀ? ਨਹੀਂ ਨਹੀਂ, ਮਤਲਬ ਪਿੱਛੋਂ ਜਿੱਥੇ ਇੱਥੇ ਆਏ ਆ ਨਾ ਲਾਹੌਰ 'ਚ, ਤੇ ਪਿੱਛੇ ਕਿਤੇ ਰਹਿੰਦੇ ਸੀ ਨਾ? ਹਾਂਜੀ ਭਾਜੀ, ਤਾਂਦਲਾ ਮੰਡੀ ਰਹਿੰਦੇ ਆ। ਤਾਂਦਲਾ ਮੰਡੀ, ਕਿਆ ਬਾਤ ਹੈ! ਉੱਥੇ ਮੇਰਾ ਦੋਸਤ ਰਹਿੰਦਾ ਸੀ ਨਾ, ਨਾਜ਼ ਖਿਆਲਵੀ ਸਾਹਿਬ। ਹਾਂਜੀ, ਨਾਜ਼ ਖਿਆਲਵੀ ਸਾਹਿਬ। ਉਹ ਤੇ ਸ਼ਾਇਰ ਨਹੀਂ ਸੀ, ਮੈਂ ਸੁਣਿਆ ਉਹਨਾਂ ਨੂੰ। ਹਾਂਜੀ, ਉਹਨਾਂ ਦੀ ਕੁਆਲੀ ਨੁਸਰਤ ਸਾਹਿਬ ਨੇ ਗਾਈ ਹੈ ਜੀ, ਤੁਮ ਇੱਕ ਗੋਰਖ ਧੰਦਾ ਹੋ। ਹਾਂਜੀ ਹਾਂਜੀ, ਮੇਰੇ ਦੋਸਤ ਸਨ ਬਹੁਤ ਅੱਛੇ, ਅੱਲਾਹ ਤਾਲਾ ਉਹਨਾਂ ਨੂੰ ਵੀ ਕਰਵਟ ਕਰਵਟ ਜੰਨਤ ਦੇਵੇ। ਤੇ ਤੁਸੀਂ ਕਿੰਨੀਆਂ ਪੜ੍ਹੇ ਹੋ? ਮੈਂ 5 ਕੀ ਪੜ੍ਹੇ ਆ ਭਾਈ। ਤੇ ਤੁਸੀਂ ਉਹਦੇ ਦੋਸਤ ਕਿੱਦਾਂ ਹੋ ਗਏ ਏਡੇ ਵੱਡੇ ਸ਼ਾਇਰ ਦੇ? ਸ਼ਾਇਰ ਤੇ ਵੈਸੇ ਹੀ ਹਰ ਕਿਸੇ ਦੇ ਦੋਸਤ ਹੁੰਦੇ ਨੇ ਯਾਰ, ਪੜ੍ਹਾਈ ਦਾ ਇਹਦੇ 'ਚ ਕਿਹੜਾ। ਨੈਸਲੇ ਦਾ ਪਾਣੀ ਵੀ ਰੱਖਿਆ ਜੀ? ਹਾਂਜੀ ਭਾਜੀ, ਮੈਂ ਨੈਸਲੇ ਦਾ ਹੀ ਪਾਣੀ ਪੀਂਦਾ ਜੀ। ਆਪ ਤੂੰ ਗੰਦੀ ਨੈਸਲੇ ਦਾ? ਹੈਲੋ, ਅਕਲ ਕਰੀ ਦੀ ਹੈ। ਅੱਛਾ ਚਲੋ ਫਿਰ ਭਾਜੀ, ਮੇਰੀ ਗੱਲ ਸੁਣੋ, ਇਹ ਤੇਲ ਜਿਹੜਾ ਨਾ, ਇਹ ਕੋਈ ਸਪੈਸ਼ਲ ਤੇਲ? ਹਾਂਜੀ ਭਾਜੀ, ਇਹ ਸਪੈਸ਼ਲ ਤੇਲ ਹੁੰਦਾ ਵਾ। ਹਾਂਜੀ, ਸਰੋਂ ਦਾ ਤੇਲ ਆ, ਲੇਕਿਨ ਇਹਦੇ 'ਚ ਨਾ ਇੱਕ ਜੜੀ ਬੂਟੀ ਪਾਈ ਦੀ ਆ, ਜਿਹੜੇ ਪੱਠਿਆਂ ਦੇ ਖਿਚਾਓ ਵਾਸਤੇ ਜ਼ਿਆਦਾ ਬਿਹਤਰ ਹੁੰਦੀ ਆ, ਜੋੜਾਂ ਦੀਆਂ ਦਰਦਾਂ ਨਹੀਂ ਹੁੰਦੀਆਂ। ਯਾਰ ਤੂੰ ਥਾਈਲੈਂਡ ਤੋਂ ਆਇਆ, ਤੂੰ ਮੈਨੂੰ ਕਿਹੜੇ ਕਿਹੜੇ ਤਰੀਕੇ ਦੱਸੀ ਜਾਂਦਾ? ਇਹ ਸਭ ਤੋਂ ਅੱਛਾ ਮਸਾਜ ਸੈਂਟਰ ਜਿਹੜੇ ਨੇ ਨਾ, ਹਾਂਜੀ, ਥਾਈ ਚ ਆ, ਥਾਈਲੈਂਡ ਦੇ ਜਿਹੜੇ ਲੋਕ ਉਹ ਕਰਦੇ ਆ। ਅੱਛਾ, ਇਸ ਤੇਲ ਦੇ ਕਿੰਨੇ ਪੈਸੇ ਭਾਜੀ? ਇਹਦੇ ਭਾਈ 800 ਰੁਪਇਆ ਹੋਏਗਾ। ਇਹਦੇ? ਹਾਂਜੀ। ਇਹ ਸਪੈਸ਼ਲ ਤੇਲ ਆ? ਹਾਂਜੀ ਸਪੈਸ਼ਲ ਤੇਲ ਆ। ਤੇ ਜ਼ੈਤੂਨ ਦੇ ਤੇਲ ਨਾਲ ਕਰਨੀ ਹੋਵੇ ਤੇ ਫੇਰ? ਉਹ ਭਾਈ ਤੇਰੇ ਮੈਂ ਜ਼ੈਤੂਨ ਦੀ ਤੇਲ ਲਈ ਕਿਹੜਾ, ਮੈਂ ਸਾਊਦੀਆ ਦਾ ਵੀਜ਼ਾ ਲਵਾਵਾਂ, ਜੱਦੇ ਜਾਵਾਂ, ਉੱਥੇ ਜ਼ਮਜ਼ਮ ਟੁਨਾਈਟ ਵਾਲਿਆਂ ਕੋਲੋਂ, ਭਾਈ ਅਲੀ ਕੋਲੋਂ ਮੈਂ ਲਿਆਵਾਂ ਜਾ ਕੇ ਜ਼ੈਤੂਨ ਦਾ ਤੇਲ। ਪਰ ਤੂੰ ਕਿਹੜਾ ਭਾ ਕਿਤੇ ਫਖਰੇ ਪਾਕਿਸਤਾਨ ਸ਼ਫੀਕ ਚਿਸ਼ਤੀ ਆ ਕਿ ਤੂੰ ਕਬੱਡੀ ਦਾ ਮੈਚ ਖੇਲਣਾ ਵਾ, ਤੂੰ ਚਪੇੜਾਂ ਹੀ ਖਾਣੀਆਂ ਵਾ, ਸਰੋਂ ਦੇ ਤੇਲ ਨਾਲ ਕਰਾ ਲਾ ਮਾਲਿਸ਼। ਐਵੇਂ ਮੈਂ ਸਰੋਂ ਦੇ ਤੇਲ ਨਾਲ ਕਰਾ ਲਵਾਂ ਭਾਜੀ? ਮੈਂ ਕਹਿੰਦਾ ਘਰ ਜਾ ਕੇ ਘੁੱਟੋ ਤੁਸੀਂ। ਨਹੀਂ ਭਾਜੀ ਘਰ ਨਹੀਂ। ਉਹ ਸੁਣਿਆ ਤੁਸੀਂ ਇੱਕ ਨਾੜ ਜੀ ਵੀ ਨੱਪਦੇ ਹੋ ਤੇ ਬੰਦਾ ਬੇਹੋਸ਼ ਹੋ ਜਾਂਦਾ, ਉਹਦੇ ਪੈਸੇ ਪੂਹੇ ਕੱਢ ਲੈਂਦੇ, ਗੱਲ ਸਹੀ ਆ? ਭਾਜੀ ਉਹ ਮੇਰੇ ਦਾਦੇ ਨੇ ਮੈਨੂੰ ਟ੍ਰਿਕ ਦੱਸਿਆ ਵਾ, ਦੱਸੀ ਆ ਨਾੜਲੇ। ਦਾਦਾ ਚੋਰੀ ਸੀ? ਹੈਲੋ, ਕੰਮ ਕਰਦਾ ਸੀ, ਬਿਹਤਰੀਨ ਮਾਲਸ਼ੀਆ ਸੀ ਮੇਰਾ ਦਾਦਾ। ਅੱਛਾ, ਹਾਂਜੀ ਭਾਜੀ, ਨਾਂ ਕੀ ਤੁਹਾਡਾ? ਮੇਰਾ ਨਾਂ ਭਾਈ ਗੋਗਾ ਜੀ। ਉਹ ਮਾਲਸ਼ੀਆ ਦਾ ਨਾਂ ਗੋਗਾ ਹੀ ਹੋਣਾ, ਕੋ ਸ਼ਾਨ ਥੋੜਾ ਨਿਆ ਨਾਂ ਤੇਰਾ ਹੋਣਾ, ਜਾਂ ਕੋ ਤੇਰਾ ਨਾਂ ਹੋਣਾ ਜ਼ੈਨ? ਚਲੋ ਨਾਂ ਤੇ ਹੁਣ ਘਰਦਿਆਂ ਨੇ ਰੱਖਿਆ ਵਾ, ਇਹ ਤੇ ਹੁਣ ਅੱਲਾ ਦੀ। ਇਦਾਂ ਦੇ ਨਾਂ ਹੁੰਦੇ ਮਾਲਸ਼ੀਆ ਦੇ, ਗੋਗਾ, ਫੱਜਾ, ਪੱਪੂ, ਲੱਥਾ। ਭਾਜੀ ਘਰ ਚੱਲ ਕੇ ਕੁੱਟੋ ਮੈਨੂੰ। ਨਹੀਂ 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 ਭਾਜੀ, ਘਰ ਨਹੀਂ ਜਾਂਦੇ ਅਸੀਂ ਨਾ, ਅੱਡੇ 'ਤੇ ਅਸਰ ਪੈਂਦਾ ਵਾ ਇੱਦਾਂ ਨਾ।
यार घर क्यों नहीं जाता, तू कड़ा बच्चों ना नाराज हो गया है कि मैं नहीं जाना घर भाई, नहीं पहलो मेरी छोटा मनो वो मैं तेन कटाई नहीं लैके जा रहा यार। भाजी एक दो बारी ना घर गए हैं अं कुटन ना, उन्होंने साढ़े ते इल्जाम लाता कि मोबाइल चुक लिया ना चुकया कर, नहीं नहीं हेलो इदा के काम नहीं करते असं। चलो तुसी नाल ते आओ भाई। नहीं भाजी असी एडा छड़ के नहीं जांदे, नाले एडी लेबर नहीं हैगी साडे को ना। ओ लेबर तू इथे लेंटर पा रहे आ, तेरे को लेबर होनी है, कल्ला ही बंदा हुंदा मालशिया, उन्हें कदों छे बंदे रखे हुंदे आ। नहीं नहीं भाजी एक असिस्टेंट जड़ा है ना मेरा शागिर्द जड़ा वा, ओ फिर मैं पिछे छड़ के जाना हुंदा, ओ भी नहीं अज आया, मैं अड्डा दे बिल्कुल ही नहीं छड़ सकदा। तू अखां च अखां पा के कड़ाके कढ़ देना। ओ भाई हत्थां च हत्थ पा के ते कड़ाके सुने आ, मैं अखां च अखां रीमा मैं। हां बख्शे गल सुन गोगा जी, ਕੀ ਅੱਡਾ ਦੌੜ ਜਾਂਦਾ ਜਾਂ ਅੱਡਾ ਕਲਰੋਂਦਾ ਪਿੱਛੋਂ? ਭਾਜੀ ਉਹ ਅੱਗੇ ਨਾ ਕਿਹੜਾ ਅੱਡਾ, ਅੱਲਾ ਮਾਫੀ ਦਵਿਆ ਤੇਰਾ, ਇੰਜ ਕਰ ਹਵਾ ਆਵੇ ਤੇ ਤੇਰਾ ਅੱਡਾ ਉਹ ਉੱਥੇ ਹੁੰਦਾ, ਮੈਂ ਇਧਰੋਂ ਹਵਾ ਆਵੇ ਤੇਰਾ ਅੱਡਾ ਇਹਨੂੰ ਚਲਾ ਜਾਂਦਾ, ਤੂੰ ਵੀ ਅੱਡੇ ਦੇ ਪਿੱਛੇ ਪਿੱਛੇ ਫਿਰਦਾ ਉਹਦੇ ਵਾਂਗੂ। ਹੈਲੋ ਕਿਹਦੇ ਵਾਂਗੂ? ਕਿਹਦੇ ਵਾਂਗੂ? ਅਕਲਕਾਰ, ਅਕਲਕਾਰ ਇੱਥੇ ਭਾਜੀ ਗੱਲ ਇਹ ਆ ਵੀ ਜਿਹੜਾ ਸ਼ਗਿਰਦਾ ਨਾ ਉਹ ਬੜਾ ਮੇਰਾ ਨਲਾਇਕ ਆ ਸ਼ਗਿਰਦ। ਹਾਂਜੀ ਉਹਦੀ ਵਜ੍ਹਾ ਤੋਂ ਅੱਗੇ ਮੈਨੂੰ ਬੜਾ ਨੁਕਸਾਨ ਹੋਇਆ ਵਾ। ਕੀ ਹੋਇਆ? ਹੁਣ ਮੈਂ ਫਲੈਕਸਾਂ ਵੀ ਬਣਵਾਈਆਂ ਵਾ ਅੱਡੇ ਦੀਆਂ। ਕੀ ਨੁਕਸਾਨ ਕੀ ਹੋਇਆ? ਹੱਥ ਮਾਰ ਕੇ ਤੇਲ ਰੋੜਤਾ ਤੇਰਾ? ਨਹੀਂ ਨਹੀਂ ਉਹ ਗਾਹਕ ਨਾਲ ਡੀਲਿੰਗ ਹੀ ਨਹੀਂ ਆਉਂਦੀ ਉਹਨੂੰ, ਸਮਝਦਾ ਨਾ ਪੜਿਆ ਉਹ ਨੀਗਾ, ਸਮਝਦਾ। ਹੁਣ ਮੈਂ ਫਲੈਕਸਾਂ ਵੀ ਬਣਵਾਈਆਂ। ਮਾਲਿਸ਼ ਕਰਨ ਵਾਸਤੇ ਪਹਿਲਾਂ ਐਫਏ ਕਰਨਾ ਪੈਂਦਾ? ਨਹੀਂ ਭਾਜੀ ਥੋੜਾ ਬਹੁਤਾ ਤੇ ਗੱਲ ਗਾਹਕ ਨਾਲ ਕਰਨੀ ਪੈਂਦੀ ਆ ਨਾ, ਗੱਲ ਕਰਨੀ ਚਾਹੀਦੀ ਆ ਬਾਕੀ ਉਹਨੂੰ ਗੱਲ ਹੀ ਨਹੀਂ ਆਉਂਦੀ ਵੀ ਕਿੱਦਾਂ ਅਗਲੇ ਨਾਲ ਡੀਲ ਕਰਨੀ ਹੈ। ਹੁਣ ਮੈਂ ਇਸੇ ਸਿਲਸਿਲੇ 'ਚ ਨਾ ਫਲੈਕਸਾਂ ਬਣਵਾਈਆਂ ਵਾ, ਵਿਜ਼ਿਟਿੰਗ ਕਾਰਡ ਬਣਵਾਏ ਆ। ਉਹ ਤੂੰ ਮਠਿਆਈ ਦੀ ਨਵੀਂ ਦੁਕਾਨ ਖੋਲ੍ਹਣ ਲੱਗਾ, ਫਲੈਕਸਾਂ ਬਣਾ ਰਿਹਾ ਵੀ ਗੋਗਾ ਸਵੀਟ, ਹਰ ਤਰ੍ਹਾਂ ਦੀ ਮਠਿਆਈ ਯਹਾਂ ਦਸਤੀਆਬ, ਇਹਦੀਆਂ ਕਿਹੜੀਆਂ ਫਲੈਕਸਾਂ ਹੁੰਦੀਆਂ? ਉਹ ਭਾਜੀ ਹੁੰਦੀਆਂ ਵਾ, ਲੋਕ ਅੱਡੇ ਆ ਇੱਥੇ ਲੋਕਾਂ ਦੇ। ਮੇਰਾ ਹੁਣ ਤੁਸੀਂ ਕਾਰਡ ਤਾਂ ਚਲੋ ਹੁੰਦਾ ਨਾ ਵੀ ਕਾਰਡ ਦੇ ਦਿੱਤਾ, ਕਾਰਡ ਤੋਂ ਇਲਾਵਾ ਭਾਜੀ ਤੁਸੀਂ ਈਮੇਲ ਐਡਰੈਸ ਵੀ ਮੇਰਾ ਹੈਗਾ ਵਾ, ਉਹ ਤੁਸੀਂ ਘਰ ਔਨਲਾਈਨ ਜਿਹੜਾ ਨਾ ਤੁਸੀਂ ਬੁਲਾ ਸਕਦੇ ਹੋ ਮੈਨੂੰ। ਨਹੀਂ ਤਾਂ ਕੀ ਆਪਣਾ ਵੈਬਸਾਈਟ ਵੀ ਬਣਾਈ ਤੁਸੀਂ? ਹਾਂਜੀ ਵੈਬਸਾਈਟ ਵੀ ਬਣਾਈ ਹੈ। ਅਤੇ ਉਹਦੇ ਉੱਤੇ ਕੀ ਆਪਣਾ ਤੇਲ ਦੀ ਸ਼ੀਸ਼ੀ ਲੱਗੀ ਹੈ? ਨਹੀਂ ਨਹੀਂ ਤੇਲ ਦੀ ਸ਼ੀਸ਼ੀ ਲੱਗੀ ਆ, ਸ਼ੀਸ਼ੀ 'ਤੇ ਮੇਰੀ ਫੋਟੋ ਲੱਗੀ ਆ। ਭਾਜੀ ਤੁਸੀਂ ਈਮੇਲ ਖੋਲੋਗੇ ਨਾ? ਹਾਂ ਗੋਗਾ ਮਾਲਸ਼ੀਆ ਐਟ ਦਾ ਰੇਟ ਡੋਟ ਕੋਮ। ਚਲੋ ਠੀਕ ਆ, ਚਲੋ ਫਿਰ ਇੱਥੇ ਕਟਾਈ ਦੇ ਕਿੰਨੇ ਪੈਸੇ ਦੇ ਦਿਓ? ਨਹੀਂ ਜਾਂਦੇ ਤੇ ਭਾਜੀ ਜੇ ਇੱਥੇ ਇਸ ਚਾਦਰ 'ਤੇ ਕਟਾਈ ਕਰਾਉਣੀ ਆ ਤਾਂ 1200 ਰੁਪਈਆ। ਅੱਛਾ, ਅਤੇ ਜੇ ਦੂਸਰੀ ਇੱਕ ਸਾਫ ਹੈਗੀ ਆ ਸਾਡੇ ਕੋਲ ਨਰਮ, ਉਹਦਾ 1300 ਆ, ਤੇ ਜੇ ਮੈਟਰਸ ਤੇ ਕਰਾਉਣੀ ਆ ਤੇ 1500 ਰੁਪਈਆ। ਹੋਟਲ 'ਚ ਕਮਰਾ ਲੈਣਾ ਆ ਇੰਜ ਤੇ ਉਹ ਦੱਸ ਦੇ ਕਿ ਭਾਜੀ ਡਬਲ ਬੈੱਡ ਇੰਨਾ ਜੇ ਜਿੱਥੇ ਏ ਸੀ ਲੱਗਾ ਹੋ ਇੰਨੇ ਪੈਸੇ, ਅਤੇ ਅਗਰ ਤੁਸੀਂ ਸਾਦਾ ਹੀ ਸੋਣਾ ਪੱਖੇ ਵਾਲੇ 'ਚ ਤੇ ਇੰਨੇ ਆ ਭਾਈ। ਆਪਾਂ ਸੁਣ ਲੰਮੇ ਹੀ ਪੈਣਾ, ਕੀ ਹੋ ਗਿਆ ਤੈਨੂੰ? ਲੰਮੇ ਪੈਣਾ ਭਾਈ ਵੀ ਥੱਲੇ ਰੋੜੇ ਹੁੰਦੇ ਆ ਕਈਆਂ ਦੇ, ਚੁੱਭਦੇ ਆ। ਜਿਹੜਾ ਕੋਈ ਘਟੀਆ ਜਿਹਾ ਗਾਹਕ ਆਵੇ ਉਹਨੂੰ ਫਿਰ ਇੱਥੇ ਚਾਦਰ 'ਤੇ ਵੀ ਕਰ ਦੇਈਦਾ ਵਾ, ਤੁਸੀਂ ਕਰਾ ਲਓ ਤੂੰ ਕਰ ਭਾਈ ਇੱਥੇ। ਆ ਸਾਰਾ ਤੇਲ ਮੇਰੇ ਸਿਰ 'ਚ ਪਾ ਤੇ ਤੇਲ ਲੱਗੇ ਨਾ ਸਹੀ ਤਰੀਕੇ। ਤੇਰੇ ਸਿਰ 'ਚ ਸਾਰਾ ਤੇਲ ਕਿਉਂ ਪਾਦਾ? ਮੈਂ ਅੱਗ ਲਾਉਣੀ ਮੁੜ ਕੇ? ਮੈਂ ਭਾਈ ਤੂੰ ਐਵੇਂ ਟਾਈਮ ਜ਼ਾਇਆ ਕਰ ਰਿਹਾ, ਆਪਣਾ ਵੀ ਅਤੇ ਮੇਰਾ ਵੀ, ਕਟਾਈ ਕਰਨੀ ਤਾਂ ਕਰ ਤੂੰ। ਨਹੀਂ ਨਹੀਂ ਲਿਆਓ ਭਾਈ ਮੈਂ ਕਰ ਦਿੰਦਾ ਕਟਾਈ ਇੱਥੇ ਸ਼ੁਰੂ। ਨਹੀਂ ਨਹੀਂ ਪੈਰੀ ਨਾ ਪੈ, ਬੰਦਿਆਂ ਕੋਲ ਗਲਤੀਆਂ ਹੋ ਹੀ ਜਾਂਦੀਆਂ। ਉਹ ਕਿਹੜਾ ਪੈਰੀ, ਕਿਹੜਾ ਪੈਰੀ, ਕਿਹੜੀ ਗਲਤੀ ਹੋ ਗਈ ਮੇਰੇ ਕੋਲ? ਐਂਦਾ ਨਾ ਕਰੀ, ਚੱਲ ਦੌੜ ਜਾ। ਉਹ ਕਿਹੜਾ ਦੌੜ ਜਾ, ਉਰੇ ਲਿਆਓ ਜੇ ਕਟਾਈ ਕਰਾਉਣੀ ਆ ਤੇ। ਅੱਛਾ ਖੁਸ਼ਕੀ ਬਹੁਤ ਹੋਈ ਆ, ਜ਼ਰਾ ਤੇਲ ਵਾਵਾ ਲਾਉਣਾ ਤੂੰ। ਕਿੰਨੇ ਸਾਲ ਹੋ ਗਏ ਤੈਨੂੰ ਨਹਾਤੇ ਨੂੰ? ਰਾਜਸਥਾਨ ਰਿਹਾਇਸ਼ ਆ ਆਪਣੀ, ਰੇਤ 'ਚ ਰਿਹਾ ਸਾਰੀ ਉਮਰ, ਇੰਨੀ ਖੁਸ਼ਕੀ ਕੀ ਕਿਤੇ ਮਾਸਾ ਤੇਲ ਘਰੋਂ ਵੀ ਨਹੀਂ ਲਾਇਆ ਕਦੀ? ਉਹ ਸਰਦੀਆਂ 'ਚ ਹੋ ਜਾਂਦੀ ਆ ਨਾ, ਗਰਮ ਪਾਣੀ ਨਾਲ ਨਹਾਈ ਦਾ ਖੁਸ਼ਕੀ ਹੋ ਜਾਂਦੀ ਆ। ਚਲੋ ਡਾਂਸ ਸ਼ੁਰੂ ਕਰ ਦਿਆ। ਹੈਲੋ, ਕੀ ਹੋਇਆ? ਜੋਧਾ ਬਾਈ ਕੋ ਆਇਆ ਮਾਲਿਸ਼ ਕਰਾਉਣ, ਲੱਡਾ ਜੋਧਾ ਬਾਈ ਦਾ ਬੇਟਾ ਤਾਂ ਹੈ ਨਾ। ਹੈਲੋ ਅਕਲਕਾਰ ਭਾਈ, ਚੱਲ ਯਾਰ ਸ਼ੁਰੂ ਕਰ। ਹੱਥ ਤੇਰੇ ਅੱਛੇ ਵੈਸੇ ਹੈ ਨਾ, ਲੱਤ ਪੋਲੀ ਕਰਕੇ ਮੈਨੂੰ ਦੇ ਦੇ। ਚੁੱਪਣੀ ਆ ਮਾਰਾ ਤੂੰ, ਚੌਥਾ ਟੁੱਟਣ ਦਿਆ, ਤੇਲ ਤਾਂ ਲਾ ਭੋਰਾ। ਮੈਂ ਕਹਿੰਦਾ ਘਰ ਹੀ ਚੱਲੀਏ ਹੈ। ਹੈਲੋ ਘਰ ਨਹੀਂ ਜਾਣੇ, ਘਰ ਦਾ ਨਹੀਂ ਨਾਂ ਲੈਣਾ। ਨਹੀਂ ਜਾਣਾ, ਤੈਨੂੰ ਕੋਈ ਗਾਲਾਂ ਕੱਢਦਾ ਯਾਰ, ਘਰ ਕਿਉਂ ਨਹੀਂ ਜਾਣਾ ਤੂੰ? ਘਰ ਨਹੀਂ ਜਾਂਦਾ ਤਾਂ ਸਹੀ, ਕਿਉਂ? ਤੇਰੀ ਇੱਜ਼ਤ ਨਾ ਹੋਵੇ, ਮੈਂ ਸਮਝਾਵਾਂਗਾ ਭਰਜਾਈ ਨੂੰ, ਤੂੰ ਘਰ ਤਾਂ ਚੱਲ। ਉਹ ਭਰਜਾਈ ਦੇ ਨੂੰ ਵਿੱਚ ਪਾ, ਆਪਣੇ ਘਰ ਦੀ ਗੱਲ ਕਰ। ਐ ਵੀ ਯਾਰ ਧਿਆਨ ਨਾਲ, ਰੋਜ਼ੀ ਕਮਾਈ ਦੀ ਹੈ। ਕਿੰਨੀ ਦੇਰ ਹੋ ਗਈ ਤੁਹਾਨੂੰ ਮਾਲਿਸ਼ ਕਰਦਿਆਂ ਭਾਈ? 20 ਸਾਲ ਹੋ ਗਏ ਭਾਈ ਇਸ ਕੰਮ 'ਚ। ਤੇਰਾ ਉਸਤਾਦ ਕੌਣ ਆ? ਹਾਂਜੀ, ਤੇਰਾ ਉਸਤਾਦ ਕੌਣ ਆ? ਉਸਤਾਦ ਲਿਆਕਤ ਆ ਜੀ ਮੇਰਾ। ਉਸਤਾਦ ਲਿਆਕਤ? ਹਾਂਜੀ। ਕਿ ਉਹਨੇ ਤੈਨੂੰ ਪੁੱਛ ਨਹੀਂ ਦੱਸਿਆ? ਓ ਹੈਲੋ, ਉਹ ਅਕਲਕਾਰ ਹੋ ਭਾਈ, ਅਕਲਕਾਰ ਪੈਸੇ ਦੇਣੇ ਆ ਨਾ ਤੇ ਆਪਣੇ ਆਪ 'ਚ ਰਹਿ। ਨਹੀਂ ਉਹ ਉਸਤਾਦ ਲਿਆਕਤ ਤੇਰਾ ਉਸਤਾਦ? ਹਾਂਜੀ। ਉਹ ਤਾਂ ਪਹਿਲੇ ਬਾਹਾਂ ਨਾਲ ਘੁੰਗਰੂ ਬੰਨ ਕੇ ਨਹੀਂ ਮਾਲਿਸ਼ ਕਰਦਾ? ਚਿਕ 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 ਚਿਕ। ਨਹੀਂ ਭਾਜੀ ਉਹ ਬਾਜ਼ਾਰ ਹੀ ਬੰਦ ਹੋ ਗਿਆ ਹੁਣ। ਮੈਂ ਸਹੀ ਪਛਾਣਿਆ ਨਾ, ਜੋਧਾ ਬਾਈ ਦਾ ਬੇਟਾ। ਹੈਲੋ, ਮਾਲਿਸ਼ ਕਰਾ ਭਾ। ਚਲੋ
मालिश कर रहा मेनू ते ना वेल नहीं है मरोड़न क्यों दिया यार मैं तेनू की यार तू इधर इधर कर ला ना सामने कर ला भा सराहने इधर कर ला इधर।